ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਦਿਨੀ ਪਟਿਆਲਾ ਨੇੜੇ ਇੱਕ ਪੈਟਰੋਲ ਪੰਪ ਉੱਤੇ ਲੁਟੇਰਿਆਂ ਨੇ ਲੁੱਟਮਾਰ ਕਰਨ ਪਿੱਛੋਂ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਹੁਣ ਪੁਲਿਸ ਨੇ ਆਪਣੀ ਕਾਰਗੁਜ਼ਾਰੀ ਵਿਖਾਉਂਦਿਆਂ ਹੋਇਆਂ ਮੁੱਖ ਦੋਸ਼ੀ ਲਖਨਦੀਪ ਸਿੰਘ ਉਰਫ ਵਾਰਿਸ ਨੂੰ ਜਲੰਧਰ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋ ਹੱਤਿਆਵਾਂ ਪਿੱਛੋਂ ਪਟਿਆਲਾ ਪੁਲਿਸ ਨੇ ਜਲੰਧਰ ਪੁਲਿਸ ਨਾਲ ਸੰਪਰਕ ਕਰਨ ਪਿੱਛੋਂ ਹਾਈ ਅਲਰਟ ਜਾਰੀ ਕਰ ਦਿੱਤਾ ਸੀ। ਲਖਨਦੀਪ ਨੂੰ ਸਥਾਨਕ ਬੱਸ ਅੱਡੇ ਨੇੜੇ ਟਰੈਪ ਲਾ ਕੇ ਕਾਬੂ ਕੀਤਾ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਹਰਪ੍ਰੀਤ ਸਿੰਘ ਅਤੇ ਸਿਕੰਦਰ ਸਿੰਘ ਪਹਿਲਾਂ ਹੀ ਫੜੇ ਜਾ ਚੁੱਕੇ ਨੇ। 17-18 ਦੀ ਜਿਹੜੀ ਸ਼ਾਮ ਸੀਗੀ 17 ਦੀ, ਉਸ ਦਿਨ ਪਟਿਆਲਾ ਬਾਦਲਾ ਰੋਡ 'ਤੇ ਐਚ ਪੀ ਪੈਟਰੋਲ ਪੰਪ 'ਤੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਉਹਦੇ 'ਚ ਦੋ ਵਿਅਕਤੀ ਪਹਿਲਾਂ ਜਿਹੜੇ ਆ ਸਿਕੰਦਰ ਅਤੇ ਹਰਪ੍ਰੀਤ ਮੱਖਣ ਜਿਹੜੇ ਸਿਰਗ੍ਰਸਤ ਹੋਏ ਸੀ, ਤੀਸਰਾ ਦੌੜਿਆ ਹੋਇਆ ਸੀ ਜਿਹਨੂੰ ਬਹੁਤ ਹੀ ਸੱਜੇ ਢੰਗ ਨਾਲ ਟੀਮ ਨੇ ਮਦਦ ਕੀਤਾ। ਕਾਊਂਟਰ ਇੰਟੈਲੀਜੈਂਸ ਸ਼੍ਰੀ ਹਰਪ੍ਰੀਤ ਖੱਖ ਜਿਹੜੀ ਏ ਜੀ ਸਾਹਿਬ, ਉਹਨਾਂ ਦੀ ਟੀਮ ਨੇ ਅਤੇ ਕਮਿਸ਼ਨਰ ਜਨਰਲ ਪੁਲਿਸ ਨੇ ਇਹ ਸਾਂਝੇ ਆਪਰੇਸ਼ਨ ਦੌਰਾਨ ਇਹਨੂੰ ਅੱਜ ਗ੍ਰਿਫਤਾਰ ਕਰਤਾ। ਇਹਦੇ ਕੋਲ ਵੈਪਨ ਵੀ ਬਰਾਮਦ ਕੀਤਾ ਗਿਆ ਜਿਹੜਾ ਉੱਥੇ ਇਹਨੇ ਵਾਰਦਾਤ ਵਰਤਿਆ ਸੀ। ਇਹਨੇ ਆਪਣੀ ਵਾਰਦਾਤ ਕੀਤੀ, ਵਾਰਦਾਤ ਨੂੰ ਕਬੂਲ ਕੀਤਾ, ਇਹਨੂੰ ਕੱਲ੍ਹ ਕੋਰਟ ਪੇਸ਼ ਕੀਤਾ ਜਾਊਗਾ। ਇਹਨਾਂ ਨੇ ਉੱਥੇ ਜਿਹੜੀ ਰਾਤ ਨੂੰ ਪੰਪ 'ਤੇ ਜਾ ਕੇ ਗੋਲੀਆਂ ਮਾਰ ਕੇ ਸ਼ਰਿਆਂ ਮਾਰ ਦਿੱਤਾ ਗਿਆ ਸੀ। ਉਹਦੀ ਟੈਕਨੀਕਲ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਜਿਹਦੇ ਹਿੱਸੇ 'ਚ ਕੰਟੀਨਿਊਸ਼ਨ 'ਚ ਅੱਜ ਜਿਹੜਾ ਇਹ ਆਪਰੇਸ਼ਨ ਕੀਤਾ ਗਿਆ, ਇਹਨੂੰ ਗ੍ਰਿਫਤਾਰ ਕਰ ਲਿਆ। ਇਹਦੇ ਕੋਲ 315 ਵੋਲਟ ਦਾ ਇੱਕ ਦੇਸੀ ਪਿਸਤੌਲ ਹੈ ਜਿਹਦੇ 'ਚ ਉਹ ਇੱਕ ਜਿੰਦਾ ਰਾਉਂਡ ਵੀ ਨਾਲ ਮਿਲਿਆ। ਬਾਕੀ ਕਾਫੀ ਡੀਪਲੀ ਇਹਨੂੰ ਇਨਵੈਸਟੀਗੇਸ਼ਨ ਦੀ ਲੋੜ ਆ, ਉਹ ਕਰ ਰਹੇ ਹਾਂ। ਕੱਲ੍ਹ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਅਤੇ ਬਾਂਡ ਲੈ ਕੇ ਹੋਰ ਵੀ ਅੱਗੇ ਇਨਵੈਸਟੀਗੇਟ ਕਰਕੇ ਅਤੇ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਊਗੀ। ਪਿਛੋਕੜੇ ਦੇ ਫੈਮਿਲੀ ਜਿਹੜੇ ਦੇ ਫਾਦਰ ਹੈ, ਇਹ ਟਰੱਕ ਡਰਾਈਵਰ ਹੈਗੇ ਨੇ ਪਠਾਨਕੋਟ, ਇਹ ਵੀ ਵੱਖ ਵੱਖ ਕਿਸੇ 'ਚ ਕੰਮ ਕਰਦਾ ਕਰਦਾ ਫਿਰ ਆਪਣੇ ਤਾਏ ਦੀ ਫੈਮਿਲੀ ਨਾਲ ਉੱਥੇ ਚਲੇ ਗਿਆ ਪਟਿਆਲੇ। ਉੱਥੇ ਜਾ ਕੇ ਇਹਨਾਂ ਨੇ ਉਹਨਾਂ ਬੰਦਿਆਂ ਨਾਲ ਲਿੰਕ ਕੀਤੇ ਅਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਹਾਂ, ਪਤਾ ਕਰ ਰਹੇ ਹਾਂ, ਫਿਰ ਉਹਨਾਂ ਪਰਚੇ ਦਾ ਨਹੀਂ ਜਾਣਕਾਰੀ ਮਿਲੀ, ਫਿਰ ਵੀ ਡਿਊਰਿੰਗ ਇਨਵੈਸਟੀਗੇਸ਼ਨ ਵੀ ਵੈਰੀਫਾਈ ਕਰਾਂਗੇ ਕਿੰਨੇ ਪਰਚੇ ਦਰਜ ਆ, ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ, ਕਿੱਥੇ ਕਿੱਥੇ ਇਹਨਾਂ ਦੇ ਸੰਬੰਧ ਰਹੇ ਆ, ਉਹ ਕਿਹੜੇ ਕਿਹੜੇ ਇਹਦੇ ਨਾਲ ਲਿੰਕ 'ਚ ਰਹੇ ਆ, ਅਤੇ ਜਿਹਦੀ ਵੀ ਇਨਵੋਲਵਮੈਂਟ ਹੋਊਗੀ ਉਹਨੂੰ ਵੀ ਇਸੇ ਕੜੀ 'ਚ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇ।